ਚੁਬਰੋ ਕੀ ਹਾਲ ਚਾਲ ਆ, ਓਕੇ ਰਿਪੋਰਟ ਆ। ਤਾਂ ਬਈ ਅੱਜ ਤੁਹਾਨੂੰ ਗੱਡੀਆਂ ਦਿਖਾਉਣੀਆਂ, ਵਿੰਟੇਜ ਗੱਡੀਆਂ। ਆਹ ਸਪੋਰਟਸ ਵਾ, ਉਹ ਕਲਾਸਿਕ ਆ, ਆਹ 90 ਮਾਡਲ ਆ, ਉਹ 96 ਮਾਡਲ ਆ। ਅਤੇ ਗੱਡੀਆਂ ਮੈਂ ਕਹਿੰਦਾ ਯੈਸ ਆ ਗੱਲਬਾਤ। ਅਤੇ ਆਹ ਭਾਈ ਹੁਣਾਂ ਦੀ ਗੱਡੀ ਆ, ਅਸੀਂ ਅੱਜ ਮਹਿਤਾ ਵਾਲੀ ਸਾਈਡ ਆਏ ਹੋਏ ਹਾਂ। ਅਤੇ ਦੱਸੋ ਫਿਰ ਭਾਈ ਯਾਰ, ਕੀ ਹਿਸਾਬ ਕਿਤਾਬ ਆ ਗੱਡੀ ਦਾ? ਇਹ ਭਾਈ ਆਪਣੀਆਂ ਗੱਡੀਆਂ ਵਿੰਟੇਜ ਗੱਡੀਆਂ ਵਾ, ਪਰ ਰੱਖੀਆਂ ਸ਼ੌਂਕ ਨਾਲ। ਅਤੇ ਇਹ ਹੈਗੀ ਟੋਇਟਾ ਸੈਰਾ। ਹੁਣ ਹਾਂਜੀ ਹਾਂਜੀ, ਸ਼ੌਂਕ ਆ ਭਾਜੀ ਬਿਲਕੁਲ। ਇਹਦਾ ਕੀ ਨਾਮ ਆ? ਇਹ ਭਾਈ ਹੈਗੀ ਟੋਇਟਾ ਸੈਰਾ ਗੱਡੀ ਜੀ, ਟੋਇਟਾ ਸੈਰਾ। ਹਾਂਜੀ, ਕੋਈ ਪਤਾ ਕਿੰਨੀ ਕੁ ਚੱਲ ਗਈ ਗੱਡੀ ਹੈ? ਇਹ ਚੱਲ ਗਈ ਹੋਣੀ ਭਾਜੀ ਕੋਈ 50-60 ਹਜ਼ਾਰ ਚੱਲ ਗਈ ਹੈ। 50-60 ਹਜ਼ਾਰ? ਹਾਂਜੀ ਹਾਂਜੀ, ਓਰੀਜਨਲ ਚੱਲੀ ਆ। ਅਤੇ ਸਾਰਾ ਇੰਜਣ ਵਗੈਰਾ ਸਾਰਾ ਓਰੀਜਨਲ ਇਹਦਾ, ਸਿਰਫ ਕਲਰ ਵਗੈਰਾ ਹੋਇਆ ਵਾ ਅਤੇ ਲੋਏ ਟਾਇਰ ਪਏ ਆ, ਬਾਕੀ ਸਾਰੀ ਇੰਟੀਰੀਅਰ ਵਗੈਰਾ ਸਾਰੀ ਕਲਰ ਹੋਇਆ। ਪਹਿਲਾਂ ਰੈੱਡ ਸੀ ਨਾ? ਹਾਂਜੀ, ਪਹਿਲਾਂ ਚੈਰੀ ਕਲਰ ਸੀ ਇਹਦਾ, ਚੈਰੀ ਤੋਂ ਫਿਰ ਵਾਈਟ ਕਰ ਲਿਆ, ਵਾਈਟ ਕਰ ਲਿਆ। ਮਾੜਾ ਜਿਹਾ ਤੁਹਾਨੂੰ ਮੈਂ ਮੇਨ ਚੀਜ਼ ਦਿਖਾਉਣਾ, ਮੇਨ ਅਟਰੈਕਟ ਕਰਦੀ ਹੈ ਜਿਹੜੀ ਚੀਜ਼ ਗੱਡੀ ਨੂੰ, ਦੋਨੋ ਸਾਈਡ। ਉਧਰਲਾ ਵੀ ਖੋਲਿਓ, ਬੈਕ ਵਾਲਾ ਵੀ ਖੁੱਲ ਜਾਂਦਾ ਵਾ, ਬੈਕ ਵਾਲਾ ਵੀ ਖੁੱਲ ਜਾਂਦਾ। ਹਾਂਜੀ ਬਾਈ, ਆਹ ਦੇਖ ਲਓ, 90 ਚ ਇੱਦਾਂ ਦੀਆਂ ਚੀਜ਼ਾਂ ਆ ਗਈਆਂ ਸੀ ਮਾਰਕੀਟ 'ਚ। ਮੈਂ ਕਹਿੰਦਾ ਗੱਲਬਾਤ ਜੈਸ ਆ। ਹੋਰ ਭਾਈ ਪਿੱਛੇ ਆਹ, ਮਤਲਬ ਛੱਤ ਬਈ ਇਹਦੀ ਸ਼ੀਸ਼ਾ ਹੀ ਆ ਸਮਝ ਲਓ ਸਾਰੀ, ਹੈ ਨਾ ਭਾਜੀ? ਸਾਰਾ ਓਰੀਜਨਲ 90 ਮਾਡਲ, ਬੈਕ ਵਾਲਾ ਸ਼ੀਸ਼ਾ ਵੀ ਅਤੇ ਫਰੰਟ ਵਾਲਾ। ਆਹ ਬਾਈ ਕਿੰਨੇ ਦਾ ਕਹਿੰਦੇ ਸ਼ੀਸ਼ਾ ਵਾਲਾ? ਇਹ ਭਾਜੀ ਇੰਪੋਰਟ ਕਰਾ ਕੇ 1,00,000 ਰੁਪਏ ਦਾ, ਪੂਰੇ ਦਾ ਪੈਂਦਾ ਇੰਪੋਰਟ ਕਰਾ ਕੇ ਜੇ ਬ੍ਰੇਕ ਹੋ ਜੇ ਤੇ। ਭਾਈ ਨਾ, ਟਾਟਾ ਨੈਨੋ ਗੱਡੀ ਆ ਜਾਂਦੀ ਹੈ 1,00,000 ਰੁਪਏ 'ਚ, ਹੈ ਨਹੀਂ ਗੱਲਬਾਤ ਆ ਭਾਈ। ਗੱਡੀ ਸਪੋਰਟਸ ਸਪੋਰਟਸ ਲੁੱਕ ਆ ਯਾਰ ਗੱਡੀ। ਭਾਈ ਇੰਟੀਰੀਅਰ ਵੇਖੋ ਤੁਸੀਂ, ਜੋ ਵੀ ਡੈਸ਼ਬੋਰਡ ਵਗੈਰਾ ਸਾਰਾ ਓਰੀਜਨਲ ਓਰੀਜਨਲ ਰੱਖਿਆ। ਮੋਡੀਫਾਈ ਤੇ ਹੋ ਜਾਂਦਾ, ਪਰ ਆਪਾਂ ਓਰੀਜਨਲ ਰੱਖਿਆ। 2-ਸੀਟਰ ਗੱਡੀ ਆ, ਬੈਗ ਵੀ ਬਹਿ ਜਾਂਦੇ, 4 ਜਣੇ ਬਹਿ ਜਾਂਦੇ। ਪ੍ਰੀ ਵੈਡਿੰਗ ਲਈ ਬੈਸਟ ਆ ਗੱਡੀ, ਹਨਾ? ਇੱਕ ਲੋਕੇਸ਼ਨ ਇਦਾਂ ਦੀ ਆ ਅੱਗ ਬਈ, ਆ ਲੋਕੇਸ਼ਨ ਚੈੱਕ ਕਰੋ, ਪੁਰਾਣਾ ਹਵੇਲੀ ਟਾਈਪ ਬਣਾਇਆ ਹੋਇਆ ਸਿਸਟਮ। ਤੇ ਆਹ ਕਿਹੜੀ ਗੱਡੀ ਬਈ? ਇਹ ਭਾਜੀ ਹੈਗੀ ਕਲਾਸਿਕ HM ਦੀ ਕੰਟੈਸਾ। ਕੰਟੈਸਾ, ਹਾਂਜੀ, ਇਹਦਾ ਨਾਮ ਬਹੁਤ ਚੱਲਦਾ ਗੱਡੀ ਦਾ, ਹੈ ਨਾ? ਕੰਟੈਸਾ। ਇਹਦੀ ਨਾ ਆ ਫਰੰਟ ਲੁੱਕ ਬਹੁਤ, ਚੈੱਕ ਕਰੋ ਮਾੜਾ। ਇਹ ਭਾਜੀ ਡੋਜ ਵਰਗੀ, ਹੈ ਨਾ? ਡੋਜ ਵਰਗੀ ਜਾਂ ਡੋਜ ਇਹਦੇ ਵਰਗੀ ਬਣਾਈ ਜਾਣ। ਹਾਂਜੀ ਹਾਂਜੀ ਹਾਂਜੀ, ਆਹ ਲਾਈਟਾਂ ਚੈੱਕ ਕਰੋ ਬਾਈ, ਗ੍ਰਿਲ ਮੈਂ ਕਹਿੰਦਾ ਯੈਸ ਗੱਲਬਾਤ ਹੈ, ਬਹੁਤ ਘੈਂਟ ਲੱਗਦੀ ਗੱਡੀ। ਇਹਦੇ ਬਾਰੇ ਦੱਸੋ ਭਾਈ ਮਾੜਾ, ਕੀ ਹਿਸਾਬ? ਇਹ ਭਾਜੀ ਹੈਗੀ HM ਦੀ ਕੰਟੈਸਾ, ਹਿੰਦੁਸਤਾਨ ਮੋਟਰ, ਹਿੰਦੁਸਤਾਨੀ ਮੋਟਰ, ਤੇ 1996 ਮਾਡਲ ਆਏ। ਅੱਛਾ, ਇਹ ਹੁਣ ਕੰਪਨੀ ਦਾ ਬੰਦ ਹੋ ਗਈ ਨਾ? ਬੰਦ ਹੋ ਗਈ ਭਾਜੀ, ਬੰਦ ਹੋ ਗਈ ਹਿੰਦੁਸਤਾਨ ਮੋਟਰ ਵਾਲਿਆਂ ਦੀ ਆਈ। ਹਾਂਜੀ ਹਾਂਜੀ, ਬੰਦ ਹੋ ਗਈ ਜੀ। ਇਹਦਾ ਇੰਜਨ ਤਾਂ ਦਿਖਾਓ ਯਾਰ, ਆਹ ਕਿੱਡਾ ਹਿਸਾਬ ਕਿਤਾਬ, ਬੋਨਟ ਚੈੱਕ ਕਰੋ ਕਿੱਡਾ, ਬੋਨਟ 3 ਫੁੱਟ ਦਾ ਹੋਣਾ ਮੇਰੇ ਹਿਸਾਬ ਨਾਲ। ਚੈੱਕ ਕਰਾਈਏ ਮਾੜਾ, ਖੋਲ ਕੇ ਚੈੱਕ ਕਰਾਓ ਉਹਦਾ ਕਿੱਦਾਂ ਦਾ ਇੰਜਨ, ਕਿੰਨੇ ਸੀਸੀ ਇੰਜਨ? ਇਹ ਹੈਗਾ 2200 CC ਭਾਜੀ। 2200 CC ਇੰਜਨ ਆ ਬਾਈ, ਈਸੂ ਦਾ ਇੰਜਨ ਆ, ਇਹ HM ਵਾਲੇ ਈਸੂ ਦਾ ਇੰਜਨ। ਤੁਸੀਂ ਆਪ ਰਖਾਇਆ ਬਾਅਦ? ਨਹੀਂ ਨਹੀਂ ਭਾਜੀ, ਓਰੀਜਨਲ ਇੰਜਨ ਆ ਈਸੂ ਦਾ। ਹਾਂਜੀ 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 ਬਾਈ, ਚੈੱਕ ਕਰੋ 96 ਮਾਡਲ ਗੱਡੀ ਦਾ ਇੰਜਨ, ਇੰਜਨ ਓਰੀਜਨਲ ਆ, ਸਾਰਾ ਕੁਛ ਹੀ ਓਰੀਜਨਲ ਆ, ਬੈਟਰੀ ਰਖਾਈ ਆ ਬਸ, ਜਾਂ ਲਾਈਟਾਂ ਪਾਈਆਂ ਵਾ, ਲਾਈਟਾਂ ਮਿਲ ਗਈਆਂ ਇਹਦੀਆਂ? ਲਾਈਟਾਂ ਭਾਜੀ ਬੜੀਆਂ ਮੁਸ਼ਕਲ ਮਿਲੀ ਅੰਮ੍ਰਿਤਸਰ, ਮੇਰੇ ਜਾਂਦਾ ਸਮਾਨ ਪਰ ਥੋੜਾ ਮਿਲ ਜਾਂਦਾ, ਥੋੜਾ ਮੁਸ਼ਕਲ ਮਿਲਦਾ ਵਾ, ਪਰ ਤੁਸੀਂ ਅਵੇਲੇਬਲ ਕਰਾ ਦੋਗੇ ਜੇ ਪੰਜਾਬ 'ਚ ਬਾਈ ਕਿਸੇ ਨੂੰ ਵੀ ਕਿਤੇ ਵਿੰਟੇਜ ਗੱਡੀ ਦਾ ਕੋਈ ਸਮਾਨ ਚਾਹੀਦਾ ਵਾ, ਤਾਂ ਭਾਈ ਹੁਣਾ ਕੋ ਆ ਜਾਓ, ਭਾਈ ਲੈ ਦੂਗੇ। ਤੇ ਹੋਰ ਭਾਈ ਬਣਾ, ਭਾਰੀ ਕਿੰਨੀ ਆ ਵੇਖੋ, 60 ਕਿਲੋ ਭਾਰ ਜੇ ਇਹਦਾ ਘੱਟੋ। ਅੱਛਾ ਬੱਲੇ, ਸੁੱਕੀ ਨਹੀਂ ਆਉਂਦੀ ਗੱਲੇ ਬੰਦੇ ਕੋ, ਐਡੀ ਭਾਰੀ ਗੱਡੀ ਆ। ਤੇ ਇਹਦੇ ਭਾਜੀ ਹੈਗੇ ਰਿਹਾ ਆ ਗਲਾਸ ਆ ਨਾ ਇਹਦੇ ਜਿਹੜੇ, ਇਹ ਪਹਿਲੋਂ ਬਲੈਕ ਆ, ਚੈੱਕ ਕਰੋ ਬਲੈਕ, ਹੁਣ ਵੀ ਗੱਡੀਆਂ ਦਿੰਦੇ ਆ। 1992 ਇਸ ਕਰਕੇ ਆਪਾਂ ਓਰੀਜਨਲ ਹੀ ਰੱਖਿਆ ਜੋ ਕੋ ਸਾਰਾ ਤੁਸੀਂ। ਹਾਂਜੀ, ਆਹ ਦੇਖੋ ਬਾਈ, ਏਸੀ ਤੱਕ ਵਰਕਿੰਗ ਜੇ ਦਾ,
ਐਸਾ ਏਸੀ ਚੱਲਦਾ ਇਹਦੇ ਵਿੱਚ? ਹਾਂਜੀ ਹਾਂਜੀ ਚੱਲਦਾ ਬਿਲਕੁਲ। ਬੱਲੇ ਕੀ ਬਾਤ ਆ, ਅੰਦਰੋਂ ਵੇਖੋ ਖੁੱਲੀ ਕਿੰਨੀ ਗੱਡੀ ਇਹ ਵੇਖੋ, ਅੰਦਰੋਂ ਚੈੱਕ ਕਰੋ ਬਾਈ, ਖੁੱਲੀ ਖੁੱਲੀ ਡੁੱਲੀ, ਚਾਰ ਜਣੇ ਬਹਿ ਦੇ ਪਿੱਛੇ, ਚਾਰ ਜਣੇ ਰਾਣ। ਹਾਂ ਇਹ ਦੱਸਦੇ ਸੀਗੇ ਇਹਦਾ ਮਤਲਬ ਡੀਜ਼ਲ ਟੈਂਕ ਵਾ। ਹਾਂਜੀ ਡੀਜ਼ਲ ਹੀ ਹੈ ਗੱਡੀ? ਹਾਂਜੀ ਹਾਂਜੀ ਡੀਜ਼ਲ। ਆ ਵੀ ਡੀਜ਼ਲ ਆ ਇਹ ਭਾਜੀ, ਡਰਾਈਵਰ ਵਾਲੀ ਸਾਈਡ ਤੇ ਇਹਦਾ ਫਿਊਲ ਟੈਂਕ ਆ। ਅੱਛਾ ਹਾਂ, ਲੈਫਟ ਰਾਈਟ ਸਾਈਡ ਤੇ ਹੈ ਨਾ, ਰਾਈਟ ਸਾਈਡ ਤੇ, ਡਰਾਈਵਰ ਲੈਫਟ ਸਾਈਡ ਤੇ ਹੁੰਦਾ ਵਾ ਜਾਂ। ਤੇ ਕਿੱਦਾਂ ਖੋਲੀਦਾ ਭਾਜੀ ਦਿਖਾਓ ਤਾਂ। ਇਹ ਭਾਜੀ ਇਹਦਾ ਡੀਜ਼ਲ ਵੀ ਕੋਈ ਚੋਰੀ ਨਹੀਂ ਕਰ ਸਕਦਾ, ਖੋਲਦਿਆ ਨਹੀਂ ਇਦਾਂ, ਖੋਲਦਾ ਹੀ ਨਹੀਂ। ਅੱਛਾ ਹਾਂਜੀ, ਇਹਨੂੰ ਵਿੱਚੋਂ ਖੋਲਣਾ ਪੈਂਦਾ ਵਾ, ਚਾਬੀ ਹੋਊਗੀ ਤੇ ਪਹਿਲਾਂ ਲੋਕ ਖੋਲਦਾ। ਹਿੰਦੁਸਤਾਨ ਮੋਟਰ ਦਾ ਲੋਗੋ ਆ ਭਾਈ, ਪਹਿਲਾਂ ਇਦਾਂ ਹੁੰਦਾ ਹੈਗਾ। ਐਚਐਮ ਤੇ ਆ ਚੈੱਕ ਕਰੋ, ਡਿੱਗੀ ਚੈੱਕ ਕਰਾਈਏ ਭਾਈ। ਡਿੱਗੀ ਭਾਜੀ ਬਹੁਤ ਬੂਟ ਸਪੇਸ, ਬਹੁਤ ਖੁੱਲੀ ਹੈ, ਕਾਫੀ ਹੈ ਭਾਈ। ਅੱਛਾ ਅੰਦਰੋਂ ਫੇ ਆ ਖਿੱਚਣਾ ਹਨਾ? ਹਾਂਜੀ ਆ ਖਿੱਚੋ ਜਿਹੜਾ, ਇਹਨੂੰ ਖਿੱਚੋਗੇ ਤੇ ਹੁਣ ਘੁਮਾਵਾਂਗੇ ਤੇ ਫੇਰ ਇਹਦਾ ਫਿਊਲ ਟੈਂਕ ਖੁੱਲੂਗਾ। ਲਓ ਵੀ ਅੱਛਾ, ਹਾਂਜੀ ਹਾਂਜੀ ਖੁੱਲ ਗਿਆ, ਖੁੱਲ ਗਿਆ। ਅੱਛਾ ਕੀ ਐਵਰੇਜ ਐਵਰੇਜ ਕੀ ਇਹਦੀ? ਐਵਰੇਜ ਭਾਜੀ ਬਹੁਤ ਵਧੀਆ ਐਵਰੇਜ ਦੀ, ਕੁਝ 20-22 ਦੀ ਐਵਰੇਜ ਦਿੰਦੀ ਆ। 20-22 ਦੀ ਐਵਰੇਜ ਦਿੰਦੀ ਗੱਡੀ, ਬਹੁਤ ਵਧੀਆ ਬਾਤ ਆ। ਸਾਹ ਡੀਜ਼ਲ ਡੀਜ਼ਲ 20-22 ਦੀ ਐਵਰੇਜ ਦਿੰਦੀ ਆ ਗੱਡੀ, ਤੇ ਨਿਕਲਦੀ ਵਧੀਆ ਵਾ, 100-120 ਤੇ ਮਜ਼ੇ ਨਾਲ ਚੜ ਜਾਂਦੀ ਗੱਡੀ। ਅੱਛਾ ਸਪੀਡ ਇੰਨੀ ਹੈਗੀ ਆ, ਸਹੀ ਆ ਬਈ। ਆ ਗੱਡੀ ਚੈੱਕ ਕਰੋ, ਬਾਕੀ ਇਹਦੀ ਗੱਡੀ ਦਾ ਇਹ ਗੱਲ ਆ ਕਿ ਇਹ ਗੱਡੀ ਪਲਟਦੀ ਨਹੀਂ ਆ, ਲੰਮੀ ਗੱਡੀ ਆ, ਵੇਚ ਕੇ ਚੱਲਦੀ ਆ, ਪਲਟਣੀ ਨਹੀਂ, ਜਿੰਨੀ ਮਰਜ਼ੀ ਘੁਮਾ ਲਓ ਇਹਨੂੰ। ਇਹ ਖਾਸੀਅਤ ਹੈ ਨਾ? ਹਾਂ ਖਾਸੀਅਤ ਹੈ ਜੀ, ਇਹਨੂੰ ਮਸਲ ਕਾਰ ਕਹਿ ਦਿੰਦੇ, ਇੰਡੀਅਨ ਮਸਲ ਕਾਰ। ਇੰਡੀਅਨ ਮਸਲ ਕਾਰ ਮੁਸਟੈਂਗ ਇੰਡੀਅਨ। ਇਹ ਫਰੰਟ ਵੀਲ ਡਰਾਈਵ ਹੈ ਜਾਂ ਬੈਕ ਵੀਲ ਡਰਾਈਵ ਹੈ? ਹਾਂਜੀ ਫਰੰਟ ਵੀਲ ਡਰਾਈਵ ਹੈ। ਮੋਰੇ ਜੋ ਕਿ ਜ਼ੋਰ ਮਾਰਦੇ ਆ ਪਿੱਛੇ? ਨਹੀਂ ਭਾਜੀ ਇਹ ਪਿੱਛੋਂ ਚੱਕੇ ਮਾਰਦੇ ਜ਼ੋਰ, ਜਿਦਾਂ ਹੁਣ ਆਮ ਕਰਕੇ ਗੱਡੀਆਂ ਸਿਡਾਨ ਗੱਡੀਆਂ ਬਹੁਤ ਘੱਟ ਹੁੰਦੀਆਂ, ਹੁਣ ਤਾਂ ਫਰੰਟ ਵੀਲ ਡਰਾਈਵ ਹੀ ਆ, ਫਰੰਟ ਵੀਲ ਡਰਾਈਵ ਬੜਾ ਹਿੱਸਾ ਦਿਖਾਉਂਦੇ ਇਹਦਾ ਪਿੱਛੋਂ। ਇਹ ਪਿੱਛੋਂ ਜ਼ੋਰ ਮਾਰਦੀ ਪੂਰਾ। ਅੱਛਾ ਹਾਂ ਚੈੱਕ ਕਰੋ ਭਾਈ ਹਿੱਸਾ ਗੱਡੀ ਦਾ, ਉਹ ਦੇਖੋ ਬੈਕ ਵੀਲ ਡਰਾਈਵ ਆ, ਜ਼ੋਰ ਤਾਂ ਫਿਰ ਵਧੀਆ ਪੈਂਦਾ ਜ਼ੋਰ ਤੇ ਭਾਜੀ, ਥਾਰ ਵਾਂਗੂ ਮਾਰਦੀ ਆ। ਅੱਛਾ ਥਾਰ ਜਿੰਨਾ ਜ਼ੋਰ ਮਾਰਦੀ ਆ? ਨਹੀਂ ਗੱਡੀ ਭਾਈ ਓਕੇ, ਇੰਜਣ ਵੀ ਮਤਲਬ ਨਾ ਦੇਖਦੇ ਸੀ ਲੋਕੀ, ਮੈਂ ਜਦੋਂ ਉਹਨਾਂ ਪਿਆ ਸੀ ਨਾ, ਹਾਂਜੀ ਜਦੋਂ ਤੁਸੀਂ ਉੱਥੇ ਲੈ ਕੇ ਉਹਨੇ ਪਏ ਸੀਗੇ, ਹਾਂਜੀ ਹਾਂਜੀ, ਤੇ ਲੋਕੀ ਮੁੜ ਮੁੜ ਦੇਖਦੇ ਸੀ ਇਹ ਕਿਹੜੀ ਗੱਡੀ ਹੋਈ ਬਈ। ਤੇ ਹੁਣ ਭਾਈ ਇਹਦਾ ਮੜਾ ਡਿਟੇਲ ਦਈਏ ਯਾਰ, ਇਹ ਗੱਡੀ ਇਹ ਸਪੋਰਟਸ ਮਾਡਲ ਤੇ ਆ ਜਾਂਦੀ? ਸਪੋਰਟਸ ਮਾਡਲ ਆ ਇਹ, ਟੋਇਟਾ ਵਾਲਿਆਂ ਨੇ ਆਪਣੀ ਐਨਿਵਰਸਰੀ ਇਹਨਾਂ ਦੀ ਟੋਇਟਾ ਦੀ, ਤੇ 50 ਗੱਡੀਆਂ ਇਹਨਾਂ ਨੇ ਲਾਂਚ ਕੀਤੀਆਂ ਸੀ ਇੰਡੀਆ 'ਚ, ਲਿਮਿਟਿਡ ਹੀ ਆ ਸਮਝ ਲਓ। ਪੰਜਾਬ ਤੇ ਮੇਰੇ ਹਿਸਾਬ ਨਾਲ ਪੰਜਾਬ 'ਚ 2-3 ਗੱਡੀਆਂ ਹੋਣਗੀਆਂ, ਇੱਕ ਬਠਿੰਡੇ ਗੱਡੀ ਤੇ ਆਪਣੇ ਇੱਕ ਮੈਤੇ ਆ ਬਸ। ਓਰੀਜਨਲ ਖੜੀ ਆ ਪੰਜਾਬ 'ਚ 2-3 ਗੱਡੀਆਂ, ਸ਼ੋਰ ਆ ਬਈ? ਸ਼ੋਰ ਭਾਜੀ ਸ਼ੋਰ ਬਿਲਕੁਲ। ਤੇ ਇਹਦਾ ਮਤਲਬ ਹੋਰ ਕੀ ਖਾਸ? ਉਹ ਸ਼ੀਸ਼ਾ ਖੁੱਲ ਜਾਂਦਾ ਪਿਛਲਾ? ਪਿਛਲਾ ਸ਼ੀਸ਼ਾ ਵੀ ਖੁੱਲ ਜਾਂਦਾ ਵਾ। ਪਾਵਰ ਵਿੰਡੋ ਭਾਈ ਸਾਰੀਆਂ? ਪਾਵਰ ਵਿੰਡੋ ਕਰਾਈਆਂ ਜਾਂ ਪਹਿਲਾਂ ਹੀ? ਨਹੀਂ ਭਾਜੀ ਵਰਕਿੰਗ ਆ, ਓਰੀਜਨਲ ਪਾਵਰ ਵਿੰਡੋ। ਅੱਛਾ ਏਸੀ ਤੱਕ ਇਹਦਾ ਵਰਕਿੰਗ ਆ ਓਰੀਜਨਲ? ਬੱਲੇ ਏਸੀ ਤੱਕ ਮੇਨਟੇਨ ਰੱਖਿਆ ਹੋਇਆ ਭਾਈ ਨੇ। ਹਾਂਜੀ ਹਾਂਜੀ ਵਰਕਿੰਗ ਆ ਸਾਰਾ। ਸਪੀਕਰ ਦਿਖਾ ਦਿੰਦੇ ਆਪਾਂ, ਸੀਰਾ ਦੀ ਬੈਚਿੰਗ ਹੋਈ ਉੱਤੇ, ਟੋਇਟਾ ਲਿਖਿਆ ਆ ਗਿਆ। ਹਾਂਜੀ ਇਹਦੇ ਤੇ ਸਪੀਕਰ ਤੁਸੀਂ ਦਿਖਾ ਦਿਓ ਥੋੜਾ, ਇਹ ਵੀ ਓਰੀਜਨਲ ਆ? ਇਹ ਉੱਤੇ ਸਾਰਾ ਲਿਖਿਆ ਵਾ, ਓਰੀਜਨਲ ਸਪੀਕਰ ਆ, 90 ਮਾਡਲ ਦੇ ਤੇ ਵਰਕਿੰਗ ਆ। ਹਾਂਜੀ ਨਹੀਂ ਗੱਡੀ ਮੇਨਟੇਨ ਰੱਖੀ ਹੋਈ ਭਾਈ, ਜੋ ਮਰਜ਼ੀ ਆ। ਤੇ ਪਾਵਰ ਵਿੰਡੋ ਆ ਬਾਈ, ਆਹ ਦੇਖੋ ਲੱਗੇ, ਸਹੀ ਆ ਬਾਈ ਸਹੀ ਆ। ਹੋਰ ਇਹਦੇ ਵਿੱਚ ਕੀ ਖਾਸੀਅਤ ਇਹ ਗੱਡੀ ਦੀ? ਖਾਸੀਅਤ ਪਿਕਅਪ ਵਗੈਰਾ ਕਿੱਦਾਂ ਗੱਡੀ ਦੀ? ਪਿਕਅਪ ਬਹੁਤ ਵਧੀਆ ਵਾ, ਲੁੱਕ ਬਹੁਤ ਵਧੀਆ ਵਾ, ਲੁੱਕ ਬਹੁਤ ਵਧੀਆ। ਹਾਂ ਲੁੱਕ ਬਹੁਤ ਵਧੀਆ ਗੱਡੀ ਦੀ, ਸ਼ਾਨਦਾਰ ਆ ਚੀਜ਼ ਕੰਮ। ਹਾਂਜੀ ਗੱਡੀ ਜਿਹੜੀ ਚਾਹੀਦੀ ਪਈ, ਜਿਹੜੀ ਚਾਹੀਦੀ ਕਸਟਮਰ ਨੂੰ ਮਿਲ ਜਾਏਗੀ, ਕੰਡੀਸ਼ਨ ਦੇ ਹਿਸਾਬ ਨਾਲ ਦਾ ਰੇਟ ਹੋਊਗਾ। ਹਾਂ ਵੀ ਚੁੱਭਰੋ ਬਾਈ, ਭਾਈ ਹੁਣਾਂ ਕੋ ਆਏ ਹੈਗੇ ਤੇ ਆਹ ਗੱਡੀ ਚੈੱਕ ਕਰੋ, ਇੱਕ ਆ ਫੋਰਚੂਨਰ, ਇੱਕ ਆ ਥਾਰ, ਅਲੋਏ ਵਗੈਰਾ ਪਏ ਹੋਏ ਆ ਪੂਰੀ। ਮੈਂ ਕਹਿੰਦਾ ਯੈਸ ਕਰਾ ਕੇ ਰੱਖੀ ਹੋਈ ਭਾਈ ਨੇ ਗੱਡੀ ਦੋਨਾਂ ਦੀ। ਅੱਛਾ ਇਹ ਭਾਈ ਸੈਲਫ ਡਰਾਈਵ ਦੇ ਦਿੰਦੇ ਨੇ ਗੱਡੀ ਤੁਸੀਂ? ਕਿੰਨੇ ਦਿਨਾਂ ਲਈ ਘੱਟੋ ਘੱਟ? ਵੈਸੇ ਭਰਾਵਾ ਗੱਡੀਆਂ ਥੋੜੀਆਂ ਗੰਦੀਆਂ ਵਾ, ਮਾੜਾ ਐਡਜਸਟ ਕਰਿਓ, ਕਿਉਂਕਿ ਅਸੀਂ ਵੀ ਦੂਰੋਂ ਆਏ ਹਾਂ ਤੇ ਭਾਈ ਹੁਣਾਂ ਨੇ ਵੀ ਜਾਣਾ ਹੈਗਾ, ਮਤਲਬ ਹਿਸਾਬ ਕਿਤਾਬ ਜਾਣੀ ਬਣਿਆ ਹਿਸਾਬ ਕਰਨ ਦਾ। ਤੇ ਕੀ ਹਿਸਾਬ ਕਿਤਾਬ ਭਾਈ, ਹਫ਼ਤੇ ਲਈ ਮਿਲੂਗੀ ਘੱਟੋ ਘੱਟ? ਡਾਕੂਮੈਂਟ ਕਿਹੜੇ ਚਾਹੀਦੇ? ਡਾਕੂਮੈਂਟ ਚੈੱਕ ਲਈਦਾ ਇੱਕ, ਹਾਂ ਕਸਟਮਰ ਤੋਂ ਤੇ ਬਾਕੀ ਆਧਾਰ ਕਾਰਡ ਵਗੈਰਾ, ਬਸ ਬਾਕੀ ਪੇਮੈਂਟ ਵਗੈਰਾ ਜੋੜੀ ਹੁੰਦੀ ਹਨਾ। ਮੰਨ ਲਓ ਜੇ ਭਾਈ ਬੰਦਾ ਕੋਈ ਬਾਹਰੋਂ ਆਇਆ ਵਾ ਜਾਂ ਥਾਰ ਚਾਹੀਦੀ ਉਹਨੂੰ, ਥਾਰ ਹੀ ਜ਼ਿਆਦਾ ਮੰਗਦੇ ਆ ਭਾਈ ਹਨਾ, ਕੀ ਰੇਟ ਆ? ਰੇਟ ਦੱਸ ਦਈਏ ਭਾਈ, ਕੀ ਹਿਸਾਬ ਕਿਤਾਬ ਦੱਸੋ? ਜੇ 3500 ਰੁਪਇਆ
ਪਰ ਡੇ 3500 ਇਹਦਾ ਉਹਦਾ 4000 ਰੁਪਈਆ ਸਹੀ ਆ ਬਾਈ, ਬਹੁਤ ਜਾਇਜ਼ ਰੇਟ ਆ। ਤੇ ਬਾਈ ਜੇ ਕਿਸੇ NRI ਨੂੰ ਗੱਡੀਆਂ ਚਾਹੀਦੀਆਂ ਮਿਲ ਜੂਗੀਆਂ, ਹੋਰ ਵੀ ਮਿਲ ਜੂਗੀਆਂ ਲਓ ਵੀ, ਜਿਹੜੀ ਮਰਜ਼ੀ ਗੱਡੀ ਤੁਹਾਨੂੰ ਅਵੇਲੇਬਲ ਕਰਾ ਦੇਣਗੇ ਭਾਈ। ਤੇ ਵਿੰਟੇਜ ਗੱਡੀਆਂ ਵੀ ਕਰਵਾ ਦੂਗੇ, ਹਨਾ ਹਾਂ। ਤੇ ਬਾਕੀ ਬਾਈ ਆਪਾਂ ਸਕਰੀਨ ਤੇ ਭਾਈ ਹੁਣਾਂ ਦਾ ਨੰਬਰ ਦੇ ਦਾਂਗੇ, ਭਾਈ ਹੁਣਾਂ ਦੀ ਲੋਕੇਸ਼ਨ ਕਿਹੜੀ ਸੀ ਭਾਈ ਦੱਸ ਦੇ? ਇਹ ਭਾਈ ਅੰਮ੍ਰਿਤਸਰ ਮਹਿਤਾ ਚੌਂਕ ਜੀ, ਆਪਣੀ ਲੋਕੇਸ਼ਨ ਅੰਮ੍ਰਿਤਸਰ ਮਹਿਤਾ ਚੌਂਕ, ਅੰਮ੍ਰਿਤਸਰ ਏਰੀਆ 'ਚ ਗੱਡੀ ਚਾਹੀਦੀ ਹੈ, ਚੰਡੀਗੜ੍ਹ ਤੱਕ ਵੀ ਮਿਲ ਜੂਗੀ ਹੋਰ ਦੱਸੋ ਪੰਜਾਬ ਦੀ ਗੱਲਬਾਤ ਇੱਦਾਂ ਦੀ ਹੈ ਭਾਈ ਦੀ, ਮਤਲਬ ਚੰਡੀਗੜ੍ਹ ਤੱਕ ਵੀ ਤੁਹਾਨੂੰ ਮਿਲ ਜੂਗਾ ਸਮਾਨ ਚਾਹੀਦਾ ਕੋਈ ਵੀ, ਮਤਲਬ ਯਾਰ ਕੁੱਲ ਮਿਲਾ ਕੇ ਪ੍ਰੀ ਵੈਡਿੰਗ ਸ਼ੂਟ ਜਿੱਦਾਂ ਦੀ ਆਈਟਮ ਚਾਹੀਦੀ ਪੇਸ਼ ਕਰ ਦੂਗੇ ਭਾਈ। ਅਤੇ ਜੇ ਲੋਕੇਸ਼ਨ ਚਾਹੀਦੀ ਆ ਉਹ ਵੀ ਹੈਗੀ ਆ ਭਾਈ ਹੁਣਾਂ ਕੋਲ, ਲੋਕੇਸ਼ਨ ਵੀ ਵਿੰਟੇਜ ਹੀ ਵਾਈ ਵਾਹ ਭਾਈ, ਠੀਕ ਆ। ਅਤੇ ਬਾਕੀ ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ।